तीन तिलियां है तो चुकनिया स्टिक्स ठीक है ते दो स्क्वायर बनाने ने तुसी दो बन गए अस्सलाम वालेकुम वेलकम बैक टू अनदर चैलेंज वीडियो वाओ 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 चैलेंज वाली वीडियो ਕੋਈ ਨਵੀਂ ਚੀਜ਼ ਆਈ ਉਮੀਦ ਕਰ ਰਹੇ ਤੁਹਾਡਾ ਰਮਜ਼ਾਨ ਬਹੁਤ ਅੱਛਾ ਗੁਜ਼ਰ ਰਿਹਾ ਹੋਵੇਗਾ ਤੇ ਤੁਸੀਂ ਸਭ ਖੈਰੀਤ ਨਾਲ ਹੋਵੋਗੇ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਤੇ ਬੈਲ ਆਈਕਨ ਪ੍ਰੈਸ ਕਰੋ ਤੇ ਹਾਂਜੀ ਵੀਡੀਓ ਦੇਖ ਕੇ ਨਹੀਂ ਲਾਈਕ ਕਰਨੀ ਹੁੰਦੀ ਉਹ ਪਹਿਲੇ ਵੀ ਕਰ ਸਕਦੇ ਹੋ ਬਾਅਦ ਚ ਵੀ ਕਰ ਸਕਦੇ ਹੋ ਮਤਲਬ ਹਾਂ ਮਤਲਬ ਕੋਈ ਲੌਜੀਕ ਨਹੀਂ ਹੈ ਲੌਜੀਕਲ ਨਹੀਂ ਹੈ ਚੀਜ਼ ਹਾਂ ਓਕੇ ਅੱਛਾ ਜੀ ਇੱਕ ਹੋਰ ਚੈਲੰਜ ਅਕਸਰ ਅੱਜ ਫਿਰ ਤੀਲੇ ਨਾਲ ਤੀਲੇ ਨਾਲ ਕੁਝ ਲੈ ਆ ਪਸਾ ਮੈਨੂੰ ਪਤਾ ਨਹੀਂ ਕਿਉਂ ਲੱਗ ਰਿਹਾ ਤੁਸੀਂ ਕਹਿੰਦੇ ਇੱਕ ਚ ਪਕੌੜੇ ਰੱਖ ਲਿਆ ਇੱਕ ਚ ਸਮੋਸੇ ਇੱਕ ਫਰੂਟ ਚਾਟ ਵੈਸੇ ਰੋਜ਼ਿਆਂ ਦੇ ਹਿਸਾਬ ਨਾਲ ਬੰਦਾ ਤੇ ਹੈ ਹੀ ਹੈ ਬੰਦਾ ਹੀ ਹੈ ਨਹੀਂ ਕਹਿੰਦਾ ਵੱਡਾ ਜਿਹੜਾ ਖਾਣਾ ਹੈ ਨਾ ਇਹਦੇ ਵਿੱਚ ਫਰੂਟ ਚਾਟ ਤੇ ਦਹੀਂ ਭੱਲੇ ਹੋਣੇ ਦਹੀਂ ਭੱਲੇ ਲੇਕਿਨ ਜੇ ਕਿ ਰਲਣ ਨਾ ਤੇ ਤੀਲੀ ਵੀ ਨਹੀਂ ਰੱਖਣੀ ਵਿੱਚ ਤੀਲੀ ਵੀ ਨਹੀਂ ਰੱਖਣੀ ਮਿੱਠਾ ਸੁਲਾਉਣਾ ਕੰਮ ਨਾ ਹੋਵੇ ਹਾਂ ਅੱਛਾ ਯਾਰ ਇਹ ਚੈਲੰਜ ਹੈਗਾ ਕਿ ਸਾਰੀ ਇਹਦੇ ਚੋਂ ਸਾਰੀ ਤੀਲੀਆਂ ਹਲਾ ਕੇ ਜੋ ਮਰਜ਼ੀ ਬਣਾ ਦਿਓ तीन तीलियां तो चुकनिया स्टिक्स ठीक है ते दो स्क्वायर बनाने ने तुसी तीन तीलियां चुक के दो स्क्वायर अच्छा दो बनाने के तीन दो दो बनाने ने तीन चुकाला अच्छा नहीं है तो मैं मजाक कर रहा हूं ਤਿੰਨ ਚੁੱਕ ਕੇ ਤਿੰਨ ਮਤਲਬ ਆਪਣੇ ਕੋਲ ਰੱਖ ਲੈਣੇ ਚੁੱਕ ਨਹੀਂ ਨਹੀਂ ਐਡਜਸਟ ਕਰਨੀਆਂ ਵਿੱਚ ਹਾਂ ਉਹਨਾਂ ਨੂੰ ਐਡਜਸਟ ਕਰਨਾ ਤਿੰਨ ਤਿੰਨ ਲਾ ਕੇ ਤੇ ਦੋ ਲੋ ਫਾਇਲ ਸਾਹਿਬ ਤਿੰਨ ਦੇ ਨਾਲ ਇਹਨੂੰ ਲੱਗ ਰਿਹਾ ਫਾਦੀ ਕੁਛ ਮਤਲਬ ਕੁਝ ਅੱਛਾ ਕਰੇਗਾ ਹਾਫਰ ਸਕੇਅਰ ਤੇ ਮੁਰਾਦ ਤੇਰਾ ਇਹ ਹੈਗਾ ਕਿ ਇਹ ਹੈਗਾ ਨਹੀਂ ਨਹੀਂ ਸਕੇਅਰ ਨੂੰ ਕਹਿੰਦਾ ਨਾ 4 ਇਕੁਅਲ ਸਾਈਡਸ ਨਹੀਂ ਮੈਂ ਤੇ ਕੋ ਪੁੱਛ ਲਈ ਨਾ ਬਾਅਦ ਚ ਤੇਰਾ ਬਾਅਦ ਚ ਤੇਰੀ ਹੋਣੀ ਹੁੰਦੀ ਨਹੀਂ ਨਹੀਂ 4 ਇਕੁਅਲ ਸਾਈਡਸ ਦੋ ਬਣ ਗਏ ਕੀ ਬਾਤ ਹੈ ਸਰ ਕੀ ਬਾਤ ਹੈ ਨਹੀਂ ਮੈਂ ਤੋ ਅਭੀ ਦੋ ਬਣਾਣੇ ਸੀ ਨਾ ਤੂੰ ਇਹਦੇ ਨਹੀਂ ਕਰਨੀ ਓ ਯਾਰ ਆ ਛੋਟੇ ਹੁੰਦੇ ਸੀ ਨਾ ਅਸੀਂ ਘਰ ਬਣਾਉਂਦੇ ਹੁੰਦੇ ਸੀ ਅੱਛਾ ਲੇਕਿਨ ਇਹ ਦੋ ਤੇ ਪਹਿਲੇ ਹੀ ਬਣੇ ਹੋਏ ਆ ਅਸਲਾਂ ਤੇ ਫਿਰ ਕੋ ਸਾਡੇ ਕੋਲੋਂ ਕਿਉਂ ਮਿਹਨਤ ਕਰਵਾ ਰਹੇ ਆ ਮਤਲਬ ਤਿੰਨ ਇਸ ਤਰ੍ਹਾਂ ਤੁਸੀਂ ਐਡਜਸਟ ਕਰੋਗੇ ਕਿ ਸਿਰਫ ਦੋ ਸਕੁਅਰ ਰਹਿ ਜਾਣਗੇ ਮਤਲਬ ਬਣਨਗੇ ਟੋਟਲ ਦੋ ਫੈਸਲ ਭਾਈ ਪਾਦੀ ਦਾ ਨਾ ਪ੍ਰਾਈਸ ਬੋਨ ਨਿਕਲਿਆ 5 ਕਰੋੜ ਦਾ ਅੱਛਾ ਹੁਣ ਇਹ ਵਿਚਾਰਾ ਨਾ ਜ਼ਰਾ ਕਮਜ਼ੋਰ ਦਿਲ ਦਾ ਇਹਦੇ ਘਰ ਲਿਆ ਨੇ ਕਿਹਾ ਕਿ ਯਾਰ ਇਹਨੂੰ ਕਿਸ ਤਰ੍ਹਾਂ ਦੱਸੀ ਐਵੇਂ ਕੁਝ ਹੋ ਨਾ ਜਾਏ ਇਹਨੂੰ डॉक्टर खुशी ना मर गया क्या बढ़िया था गुरु ਡਾਕਟਰ ਵੀ ਗਿਆ ਤੇ ਨਾਮ ਵੀ ਗਿਆ ਨਾਮ ਵੀ ਗਿਆ ਹਾਫਜ਼ ਜੇ ਤੂੰ ਇਸ ਤੋਂ ਬਾਅਦ ਐਂਡ ਚ ਗਿਆ ਨਾ ਉਹ ਯਾਰ ਨਹੀਂ ਅਧਿਆਈ ਕੁਛ ਨਹੀਂ ਸੀ ਫਿਰ ਤੂੰ ਦੇਖੀ ਜ਼ਰਾ ਨਹੀਂ ਨਹੀਂ ਪਹਿਲੇ ਵੀ ਤੇ ਐਂਡ ਜੀ ਐ ਕੀ ਜਿੱਦਾਂ ਤੁਸੀਂ ਨਹੀਂ ਮੈਂ ਮੈਨੂੰ ਪਤਾ ਹੈ ਜੀ ਸਹੀ ਲੇਕਿਨ ਯਾਰ ਤੁਸੀਂ ਬਹੁਤ ਟਾਈਮ ਲੈਂਦੇ ਹੋ ਅੱਛਾ ਇੰਨਾ ਟਾਈਮ ਵੈਸੇ ਮਿਲਦਾ ਨਹੀਂ ਯੂਜੂਲੀ ਅੱਛਾ ਠੀਕ ਹੈ ਹਾਂ ਮੇਰੇ ਜਿੱਤਣ ਦੇ ਚਾਂਸਸ ਕਮ ਹੋ ਜਾਂਦੇ ਨੇ ਗਲਤ ਕਰ ਰਹੇ ਰੱਖ ਦੇ ਵਾਪਸ ਹਾਂ ਡਬਲ ਕਰ ਦਿਓ ਯਾਰ ਇਹ ਡਬਲ ਹੈ 5-6 ਵਾਰੀ ਡਬਲ ਹੈ ਚਲ ਫੜਨਾ ਲਾ ਦੋ ਬਣਾ ਦੇ ਮੈਂ ਹਾਂ ਇੱਥੇ ਜ਼ਿਆਦਾ ਦੇਰ ਬੈਹੀ ਇੱਧਰ ਆ ਲੈ ਨਹੀਂ ਐਸਾਂ ਦੀ ਚਵਲ ਕੋਈ ਵੀ ਨਹੀਂ ਹੈ ਲੌਜੀਕਲ ਹੈ ਇਹ ਨਹੀਂ ਤੇਰੀ ਹਰ ਚਵਲ ਲੌਜੀਕਲ ਨਹੀਂ ਨਹੀਂ ਇਹ ਦੱਸਦੀ ਹੈ ਨਾ ਕਿ ਮਤਲਬ ਇਹ ਲੌਜੀਕਲ ਹੈ ਚਲ ਹਾਫਜ਼ ਕੋਈ ਹਿੰਟ ਦੇ ਹਾਂ ਹਿੰਟ ਦੇ ਨਹੀਂ ਹਿੰਟ ਨਹੀਂ ਹੈ ਬਹੁਤ ਸਿੰਪਲ ਹੈਗਾ ਮਤਲਬ ਮੈਂ ਜਦੋਂ ਇਹਦੇ ਚ ਮੈਂ ਇੱਕ ਵੀ ਹਿੰਟ ਦੇਤਾ ਨਾ ਪੂਰਾ ਹੋ ਜਾਣਾ ਚਲ ਦੇ ਦੇ ਫੇਰ ਨਹੀਂ ਯਾਰ ਹਿੰਟ ਤੋਂ ਬਗੈਰ ਵੀ ਕਰੋ ਨਾ ਤੁਹਾਨੂੰ ਹਰ ਵਾਰ ਹਿੰਟ ਦੇਣਾ ਮੈਂ
नमाज का टाइम हो रहा चल हो गए फिर दो मिनट ओके डन 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 वी आर डन सी एस टिकन सही चुक रहे से लेकिन प्लेस नहीं सही कर रहे से ओ यार ये का बवासीर बना दिए हो नहीं 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 हां सब देखो कल है फिर वही रो दिया लेकिन एक मिनट दो सकी नहीं नहीं सही एक एक स्क्वायर एक और के होने चाहिए नहीं ए मैं बिल्कुल मैं कह दो स्क्वायर होने चाहिए ने शरबत दी जगह लैदा छटी बाकी सारा समान सब ओदा लग रहा असि खाना दो दिन गुजरिया असि खाना दो दिन रहंदा हले चलो ओके गुड नहीं यार ये थोड़ा जोर ना बोलो मतलब रोज़ है।